ਹਾਂਜੀ ਸਰ, ਕੀ ਕਹਿਣਾ ਚਾਹੁੰਦੇ, ਜਿਹੜਾ ਐਸਜੀਪੀਸੀ ਦਫ਼ਤਰ ਦੇ ਵਿੱਚ ਕਤਲ ਹੋਇਆ ਉਹਦੇ ਵਿੱਚ ਕਿਹਨੂੰ ਗ੍ਰਿਫਤਾਰ ਕੀਤਾ ਗਿਆ ਜੀ? ਜਿਹੜਾ ਐਸਜੀਪੀਸੀ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਦੇ ਅਕਾਊਂਟ ਬ੍ਰਾਂਚ ਦੇ ਮੁਲਾਜ਼ਮ ਦਾ ਕਤਲ ਹੋਇਆ ਸੀ, ਉਹਦੇ ਵਿੱਚ ਟੋਟਲ 5 ਜਣਿਆਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ ਅਸੀਂ ਮਲਕੀਤ ਸਿੰਘ ਜਿਹੜਾ ਇੱਕ ਮੇਨ ਮੁਲਜ਼ਮ ਆ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ। ਬਾਕੀ ਜਿਹੜੇ ਦੋਸ਼ੀਆਂ ਦੇ ਉੱਤੇ ਜਿਹੜੇ ਰੇਡ ਕੀਤੇ ਜਾ ਰਹੇ ਆ ਉਹਨਾਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਸਰ, ਕਾਰਨ ਕੀ ਰਿਹਾ ਜੀ, ਕਿਉਂ ਉਹਨਾਂ ਦੇ ਵੱਲੋਂ ਜਾ ਕੇ ਉੱਥੇ ਕਤਲ ਕਰ ਦਿੱਤਾ ਗਿਆ ਜੀ? ਕਾਰਨ ਉਹਨਾਂ ਦਾ ਕੋਈ ਘਰੇਲੂ ਮਸਲਾ ਸੀ, ਕੋਈ ਉਹ ਜਿਹੜਾ ਜਿਹਨੇ ਕਤਲ ਕੀਤਾ ਆ ਉਹ ਇਲਜ਼ਾਮ ਲਾਉਂਦਾ ਸੀ ਉਹਦੇ ਉੱਤੇ ਮ੍ਰਿਤਕ ਤੇ, ਵੀ ਉਹਨੇ ਉਹਨਾਂ ਦੀ ਉਹਦੀ ਬੇਟੀ ਨੂੰ ਉਹਦਾ ਘਰ ਖਰਾਬ ਕੀਤਾ ਆ ਔਰ ਉਹਨੂੰ ਭਜਾਉਣ ਦੇ ਵਿੱਚ ਉਹਦੀ ਮਦਦ ਕੀਤੀ ਆ, ਤੇ ਉਹਦੇ ਕਰਕੇ ਉਹ ਮਨ ਚ ਰੰਜਿਸ਼ ਸੀ, ਉਹਦੇ ਉਸੇ ਰੰਜਿਸ਼ ਕਰਕੇ ਉਹਨਾਂ ਦਾ ਮਰਡਰ ਹੋ ਗਿਆ। ਜੇਕਰ ਅਸੀਂ ਗੱਲ ਕਰੀਏ, ਉਹ ਕਹਿੰਦੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਸੀ ਇਸ ਮਾਮਲੇ ਦੇ ਵਿੱਚ ਪਹਿਲਾਂ ਉਹਨਾਂ ਦੇ ਵੱਲੋਂ? ਨਹੀਂ ਜੀ ਨਹੀਂ, ਇਸ ਮਾਮਲੇ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ। ਨਾਲੇ ਉਹ ਸਾਡੇ ਏਰੀਏ ਦੇ ਰਹਿਣ ਵਾਲੇ ਨਹੀਂ ਸੀ, ਸਾਡੇ ਏਰੀਏ ਦੇ ਵਿੱਚ ਕੰਮ ਕਰਦੇ ਸੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ, ਤੇ ਜਿਹੜੇ ਮ੍ਰਿਤ ਜਿਹੜੇ ਮਾਰਨ ਵਾਲੇ ਨੇ ਉਹ ਧਰਮ ਪ੍ਰਚਾਰ ਕਮੇਟੀ 'ਚ ਕੰਮ ਕਰਦੇ ਆ ਔਰ ਉਹ ਰਹਿੰਦੇ ਹੈਗੇ ਆ ਜਿਹੜੇ ਐਸਜੀਪੀਸੀ ਦੇ ਕੁਆਟਰ ਹੈਗੇ ਆ ਉਹ ਸਾਡੇ ਏਰੀਆ 'ਚ ਨਹੀਂ ਪੈਂਦੇ, ਅਦਰਵਾਈਜ਼ ਜੇ ਕਿਤੇ ਹੋਰ ਕੋਈ ਕੰਪਲੇਂਟ ਦਿੱਤੀ ਹੋਈ ਪਤਾ ਨਹੀਂ ਵੀ ਸਾਨੂੰ ਉਹਨਾਂ ਨੇ ਕੋਈ ਕੰਪਲੇਂਟ ਨਹੀਂ। ਹੋਰ ਕਿੰਨੇ ਜਾਣੇ ਗ੍ਰਿਫਤਾਰ ਹੋਣ? ਚਾਰ ਜਾਣੇ ਅਜੇ ਬਾਕੀ ਆ ਜੀ, ਉਹਨਾਂ ਨੂੰ ਆਪਾਂ ਰੇਡ ਕਰ ਰਹੇ ਹਾਂ, ਉਹਨਾਂ ਦੇ ਟੀਮਾਂ ਲਾਈਆਂ ਹੋਈਆਂ, ਜਲਦੀ ਗ੍ਰਿਫਤਾਰ ਕਰ ਲਾਂਗੇ।